ਉਹਦੇ ਨੇ ਪਹਿਲਾਂ ਮੈਂ ਇਹ ਬੇਨਤੀ ਕੀਤੀ ਸੀ ਸਿੱਧ ਛੁੱਪ ਬੈਠੇ ਪਰਬਤੀ ਕੌਣ ਜਗਤ ਕੋ ਬਾਰੋ ਉਤਾਰਾ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਪਰਬਤਾਂ ਵਿੱਚ ਰਹਿਣ ਵਾਲੇ ਜੋਗੀਓ ਤੁਸੀਂ ਲੁਕ ਲੁਕ ਕੇ ਬਹਿ ਗਏ ਆ ਕੇ ਭਾਈ ਗੁਰਦਾਸ ਜੀ ਨੇ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਪਰਬਤਾਂ ਵਿੱਚ ਕੰਦਰਾਂ ਵਿੱਚ ਵੜਿਆਂ ਜੋਗੀਆਂ ਨੂੰ ਕੱਢ ਕੱਢ ਕੇ ਲਿਆਂਦਾ ਬਾਹਰ ਨਿਕਲੋ ਉਹ ਪਿਆਰ ਇਹਨਾਂ ਨੇ ਡੜੀਆਂ ਪੰਕਤੀਆਂ ਵਰਤੀਆਂ ਸਿੱਧ ਛੁੱਪ ਬੈਠੇ ਪ੍ਰਭ ਦੀਏ ਭਾਈ ਗੁਰਦਾਸ ਜੀ ਦੀਆਂ ਤੇ ਭਾਈ ਗੁਰਦਾਸ ਜੀ ਤੇ ਇਹ ਵੀ ਲਿਖਦੇ ਆ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਕਮਾਈ ਰੇਤ ਆਕ ਹਾਰ ਕਰ ਰੋੜਾਂ ਦੀ ਗੁਰਕਾਰੀ ਵਿਛਾਈ ਅਰਥ ਤੁਹਾਡੇ ਸਾਹਮਣੇ ਆਈ ਜਣੇ ਆ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸੋਂ ਬਣਿਆ ਆਈ ਬਾਬਾ ਪੈਦਾ ਸੱਚਖੰਡ ਨੌਨਦ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਕਰ ਜਲਤੀ ਸਭ ਪ੍ਰਥਵੀ ਦੇ ਸਿਹਾਈ ਸੋ ਭਗਤੀ ਕਰਨ ਤੋਂ ਬਾਅਦ ਪ੍ਰithvi ਜਨਨ ਜਲਦੀ ਦਿਸਦੀ ਆਈ ਫੇਰ ਉਹ ਪ੍ਰਚਾਰ ਦੇ ਦੌਰੇ ਤੇ ਗਏ ਤੇ ਤਪੱਸਿਆ ਕਿੱਥੇ ਕੀਤੀ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਵੇਈ ਨਦੀ ਤੇ ਕੰਡੇ ਤੇ ਕਪੂਰ ਥੱਲੇ ਦੇ ਵਿੱਚ ਆਪ ਜੀ ਦਰਸ਼ਨ ਕਰ ਸਕਦੇ ਹੋ ਤੇ ਆ ਤੁਹਾਡੇ ਸਾਹਮਣੇ ਲਿਖਿਆ ਹੋਇਆ ਤਾਪ ਸਥਾਨ ਹਰ ਰੋਜ਼ ਵੇਈ ਨਦੀ ਵਿੱਚੋਂ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਨਿਤਨੇਮ ਕਰਦੇ ਸੀ ਅਕਾਲ ਪੁਰਖ ਜੀ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਸਨ ਇਸ ਤਰ੍ਹਾਂ ਗੁਰੂ ਜੀ ਨੇ 14 ਸਾਲ 9 ਮਹੀਨੇ 13 ਦਿਨ ਇਸ ਸਥਾਨ ਦੇ ਉੱਤੇ ਤਪ ਕੀਤਾ ਤੇ ਜੇ ਗੁਰਨਾਠ ਦੇਵ ਜੀ ਇੰਨਾ ਸਮਾਂ ਭਗਤੀ ਕਰ ਸਕਦੇ ਆ ਤੇ ਫੇਰ ਗੁਰਦੇਵ ਭਾਦਰ ਸਾਹਿਬ ਜੀ 26 ਸਾਲ 9 ਮਹੀਨੇ ਤੇ 13 ਦਿਨ ਭਗਤੀ ਕਿਉਂ ਨਹੀਂ ਕਰ ਸਕਦੇ ਬਾਬਾ ਬਕਾਲਾ ਸਾਹਿਬ ਤੇ ਆ ਉਹ ਅੱਗੇ ਜਿਹੜੀਆਂ ਹੋਰ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਵਰਤ ਕੇ ਕਹਿੰਦੇ ਆ ਜੀ ਭੋਰੇ ਚ ਨਹੀਂ ਬਹਿ ਸਕਦੇ ਭਗਤੀ ਨਹੀਂ ਕਰ ਸਕਦੇ ਜੇ ਹੈ ਉਹ ਹੈ ਆਓ ਤੁਹਾਨੂੰ ਉਹ ਪੰਕਤੀਆਂ ਸੁਨਾਈਏ ਪਹਿਲਾਂ ਕੀ ਬੋਲਦੇ ਆ ਫੇਰ ਉਹਦੇ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸ਼ਬਦ ਤਾਨੂੰ ਵਿਖਾਇਆ ਜਾਏਗਾ ਉਹ ਸ਼ਬਦ ਦੇ ਅਰਥ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਗੁਰੂ ਦਾ ਮਨੋਰਥ ਕੀ ਸੀ ਉਹ ਉਪਦੇਸ਼ ਦੇਣ ਦਾ ਤੇ ਇਹ ਉਹਨੂੰ ਕਿੱਧਰ ਨੂੰ ਵਰਤ ਰਿਹਾ ਜਾਣ ਕੇ ਉਹ ਆਪਣੇ ਮਤਲਬ ਦੇ ਲਈ ਜੋ ਜੀ ਕਰਦਾ ਕਹਿਣ ਨੂੰ ਉਧਰ ਨੂੰ ਉਹ ਲਾਈ ਜਾਂਦੇ ਆ ਉਹ ਤੁਹਾਨੂੰ ਵਿਖਾਈਏ ਸੁਣੋ ਪਹਿਲਾਂ ਤੇਗ ਬਹਾਦਰ ਸਿੰਘ ਖੁਦ ਕਹਿੰਦੇ ਐ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਰੱਬ ਤੇਰੇ ਨਾਲ ਵਸਦਾ ਹੈ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪ੍ਰਮਾਤਮਾ ਤੇਰੇ ਨਾਲ ਵਸਦਾ ਹੈ ਉਹ ਆਪ ਰੱਬ ਨੂੰ ਜੰਗਲਾਂ ਵਿੱਚ ਲੱਭਣ ਜਾਣਗੇ ਉਹ ਅੰਦਰ ਬਹਿ ਕੇ ਲੱਭਣਗੇ ਇੱਥੇ ਇੱਕ ਗੱਲ ਪਹਿਲਾਂ ਕਲੀਅਰ ਕਰ ਦਈਏ ਜੀ ਗੁਰੂ ਸਾਹਿਬ ਜੰਗਲ ਨੂੰ ਤੇ ਗਏ ਨਹੀਂ ਉੱਥੇ ਬਾਬਾ ਬਕਾਲਾ ਸਾਹਿਬ ਗੁਰੂ ਸਾਹਿਬ ਜੀ ਦਾ ਘਰ ਸੀਗਾ ਤੇ ਘਰ ਦੇ ਵਿੱਚ ਬੇਸਮੈਂਟ ਵੀ ਆ ਗਈ ਸੀ ਜਿਹਨੂੰ ਪੰਜਾਬੀ ਵਿੱਚ ਭੋਰਾ ਕਹਿ ਦਿੰਦੇ ਆ ਤੇ ਗੁਰੂ ਸਾਹਿਬ ਜੀ ਫਰਮਾਉਂਦੇ ਆ ਕਾਹਰੇ ਬਨਖੋਜਨ ਜਾਈ ਵੀ ਜੰਗਲਾਂ ਦੇ ਵਿੱਚ ਕਿਉਂ ਜਾਣਾ ਉਥੇ ਰੱਬ ਨੂੰ ਲੱਭਣ ਕਿਉਂ ਜਾਣਾ ਉਹ ਇਦਾਂ ਸੀ ਕਿ ਕਈ ਜੋਗੀ ਜੰਗਲਾਂ ਦੇ ਵਿੱਚ ਰੱਬ ਨੂੰ ਲੱਭਣ ਤੁਰ ਜਾਂਦੇ ਸੀ ਉਹ ਭਗਤੀ ਨਾਮ ਕਮਾਈ ਨਹੀਂ ਸੀ ਕਰਦੇ ਉਦਾਂ ਹੀ ਤੁਰੇ ਰਹਿੰਦੇ ਸੀਗੇ ਜੰਗਲ ਜੰਗਲ ਜਿਵੇਂ ਭਗਤ ਫਰੀਦ ਜੀ ਨੇ ਕਿਹਾ ਵੀ ਜੰਗਲ ਜੰਗਲ ਕਿ ਆਪ ਹੋਵੇ ਹਾਂਜੀ ਤੇ ਅੱਗੇ ਮਹਾਰਾਜ ਸਾਹਿਬ ਕਹਿ ਰਹੇ ਸਰਬਨਵਾਸੀ ਸਰਾਲੇ ਪਤ ਉਹੀ ਸੰਗ ਸਮਾਈ ਵੀ ਪਰਮੇਸ਼ਰ ਤੇ ਸਰਾ ਹੀ ਤੇਰੇ ਨਾਲ ਰਹਿੰਦਾ ਆ ਤੇ ਉਹ ਸਰਬਨਿਵਾਸੀ ਸਾਰੇ ਕਿਤੇ ਨਿਵਾਸ ਆ ਉਹਦਾ ਜੰਗਲ ਚ ਵੀ ਹੈਗਾ ਸਰਬਨਿਵਾਸੀ ਦਾ ਮਤਲਬ ਹੁੰਦਾ ਜੰਗਲ ਚ ਵੀ ਹੈਗਾ ਪਹਾੜਾਂ ਚ ਵੀ ਹੈਗਾ ਸਾਰੇ ਕਿਤੇ ਧਰਤੀ ਦੇ ਸਾਰੇ ਕਿਤੇ ਆ ਤੇ ਧਰਤੀ ਤੋਂ ਪਰੇ ਵੀ ਸਾਰੇ ਕਿਤੇ ਆਓ ਤੇ ਸਾਰੇ ਕਿਤੇ ਉਹਦਾ ਵਾਸਾ ਆ ਪੋਪ ਮਦਜੀ ਉਬਾਸ ਬਸਤ ਹੈ ਮੁਕਰਮਾ ਹੈ ਜੈਸੇ ਛਾਈ ਜਿਵੇਂ ਫੁੱਲ ਦੇ ਵਿੱਚ ਸਗੰਧੀ ਵਾਸਦੀ ਆ ਤੇ ਸ਼ੀਸ਼ੇ ਦੇ ਵਿੱਚ ਅਕਸ ਦਿਸਦਾ ਪਾਣੀ ਚ ਵੀ ਦਿਸਦਾ ਇਦਾਂ ਉਹ ਸਾਰੇ ਕਿਤੇ ਉਹਦਾ ਅਕਸ ਹੈਗਾ ਤੈਸੇ ਹੀ ਖਰ ਵਸੇ ਨਿਰੰਤਰ ਘੜੀ ਹੀ ਖੋਜੋ ਭਾਈ ਇਦਾਂ ਹੀ ਮਹਾਰਾਜ ਕਹਿੰਦੇ ਉਹ ਸਾਰਾ ਹੀ ਤੇਰੇ ਨਾਲ ਵਸਦਾ ਆ ਤੇ ਉਹਨੂੰ ਆਪਣੇ ਅੰਦਰ ਹੀ ਲੱਭੋ ਬਾਹਰ ਵੀ ਤੇ ਕੋਈ ਜਾਨੂ ਇਹ ਗੁਰੂ ਗਿਆਨ ਬਤਾਈ ਬਾਹਰ ਵੀ ਤੇ ਆਪਣੇ ਅੰਦਰ ਵੀ ਪਰਮੇਸ਼ਰ ਨੂੰ ਇੱਕੋ ਹੀ ਜਾਣੋ ਇਹ ਗੁਰੂ ਸਾਹਿਬ ਜੀ ਨੇ ਦੱਸਿਆ ਪਰ ਗੱਲ ਇਥੇ ਆ ਵੀ ਪਰਮੇਸ਼ਰ ਨੂੰ ਲੱਭਣਾ ਕਿਵੇਂ ਆ ਕੀ ਉਹ ਬਾਹਰ ਕਿਸੇ ਮਾਈਕਰੋਸਕੋਪ ਨਾਲ ਲੱਭੇਗਾ ਵੀ ਖਵਾ ਚ ਸਾਡੇ ਨਾਲ ਤੁਰਿਆ ਫਿਰਦਾ ਜਾਂ ਅੰਦਰ ਕੋਈ ਕੈਮਰਾ ਵਾਰ ਕੇ ਲੱਭੇਗਾ ਕੋ ਨਾਮ ਭਗਤੀ ਕਮਾਈ ਕਰੇਗਾ ਤੇ ਫੇਰ ਹੀ ਪਰਮੇਸ਼ਰ ਦਿਖੇਗਾ ਨਾ ਕਿ ਗੱਲੀ ਬਾਤੀ ਦਿਸ ਪੇਗਾ ਜਨ ਨਾਨਕ ਬਿਨ ਆਪਾ ਚੀਨਾ ਮਟੇਨਾ ਭ੍ਰਮ ਕੀ ਕਾਈ ਜਿੰਨਾ ਚਿਰ ਆਪਣੇ ਆਪ ਨੂੰ ਚੀਨਾ ਭਾਵ ਹੁੰਦਾ ਜਾਣ ਨਹੀਂ ਲੈਂਦੇ ਪਛਾਣ ਨਹੀਂ ਲੈਂਦੇ ਆਪਣੇ ਅਸਲੀ ਸਰੂਪ ਨੂੰ ਆਤਮਕ ਸਰੂਪ ਨੂੰ ਉਹਨਾਂ ਚਿਰ ਜਿਹੜੀ ਭ੍ਰਮ ਦੀ ਕਾਜ ਨਹੀਂ ਮਿਟਦੀ ਜਿਵੇਂ ਮਹਾਰਾਜ ਸਾਹਿਬ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿੰਨਾ ਚਿਰ ਆਪਣਾ ਮੂਲ ਨਹੀਂ ਪਛਾਣਦੇ ਅਸਲੀ ਸਰੂਪ ਨਹੀਂ ਪਛਾਣਦੇ ਉਨਾਂ ਚਰ ਗਿਆਨ ਨਹੀਂ ਹੁੰਦਾ ਤੇ ਨਾਮ ਕਮਾਈ ਭਗਤੀ ਕਰਕੇ ਹੀ ਆਪਣਾ ਸਰੂਪ ਪਛਾਣਿਆ ਜਾਂਦਾ ਉਸ ਪਰਮੇਸ਼ਰ ਜੋਤ ਦੇ ਦਰਸ਼ਨ ਹੁੰਦੇ ਆ ਭਗਤ ਫਰੀਦ ਜੀ ਦੀ ਬਾਣੀ ਆ ਫਰੀਦਾ ਤਨ ਸੁੱਕਾ ਪਿੰਜਰ ਸੀਆ ਤਲੀਆਂ ਖੁੰਡੇ ਕਾਗਜ ਐਸ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਢੋਲਿਆ सगला ਖਾਇਆ Maas ਏਦੋ ਇਨਾ ਨਾ ਮਤਛੂ ਹੋ ਪਰ ਦੇਖਣ ਕੀ ਆਸ ਕੀ ਜਦੋਂ ਇਹ ਸ਼ਬਦ ਉਚਾਰੇ ਭਗਤ ਫਰੀਦ ਜੀ ਨੇ ਉਦੋਂ ਪਰਮੇਸ਼ਰ ਦਵਾਰ ਦੀ ਛੱਤ ਤੇ ਬੈਠੇ ਸੀਗੇ ਜੰਗਲ 'ਚ ਹੀ ਸੀਗੇ ਨਾ ਉਦੋਂ ਜਿਹੜਾ ਸੱਚੇ ਦਿਲੋਂ ਭਗਤੀ ਕਰ ਰਿਹਾ ਉਹ ਭਾਵੇਂ ਭੋਰੇ 'ਚ ਬੈਠਾ ਭਾਵੇਂ ਜੰਗਲ 'ਚ ਬੈਠਾ ਉਹ ਪ੍ਰਵਾਨ ਹੀ ਆ ਤੇ ਜਿਹੜਾ ਪਖੰਡੀ ਆ ਉਹ ਭਾਵੇਂ ਜਿੱਥੇ ਮਰਜ਼ੀ ਬੈਜੇ ਉਹ ਕਦੀ ਨਹੀਂ ਪ੍ਰਵਾਨ ਹੋ ਸਕਦਾ ਹੋਰ ਤੇ ਗੀ ਮੈਨੂੰ ਲੱਗਦਾ ਇਹਨਾਂ ਨੇ ਕਦੀ ਜਪਜੀ ਸਾਹਿਬ ਨਹੀਂ ਵਿਚਾਰਿਆ ਇਹ ਵਿਚਾਰਿਆ ਹੁੰਦਾ ਤੇ ਕਦੀ ਵੀ ਤਾਪਦੇ ਭਗਤੀ ਦੇ ਉਲਟ ਗੱਲ ਨਾ ਕਰਦੇ ਅਖੀਰਲੀ ਪੌੜੀ ਦੇ ਵਿੱਚ ਜਪਜੀ ਸਾਹਿਬ ਜੀ ਦੇ ਮਹਾਰਾਜ ਸਾਹਿਬ ਕਹਿੰਦੇ ਆ ਜਤ ਪਹਾਰਾ ਤੀਰ ਜਿਸ ਨਿਆਰ ਅਹਿਰਣ ਮਤ ਵੇਦ ਹਥਿਆਰ ਭੌਖ ਲਾਗਨ ਤਪ ਤਾਓ ਵੀ ਤਪ ਤਾਓ ਭਾਵੇਂ ਇਥੇ ਜਿਵੇਂ ਸੋਨੇ ਨੂੰ ਢਾਲੀ ਦਾ ਆ ਉਹਦੇ ਬਾਰੇ ਉਪਦੇਸ਼ ਦੇ ਰਹੇ ਆ ਵੀ ਜਾਤ ਦੀ ਭੱਠੀ ਤੇ ਧੀਰਜ ਦਾ ਸੁਨਿਆਰਾ ਤੇ ਜਿਹੜੀ ਅਹਰਨ ਹੁੰਦੀ ਜਿੱਤੇ ਰੱਖੇ ਉਹਨੂੰ ਕੁੱਟਣਾ ਆ ਉਹ ਮਤ ਤੇ ਵੇਦ ਭਾਵ ਗਿਆਨ ਦਾ ਜਿਹੜਾ ਹਥਿਆਰ ਆ ਤੇ ਭਾਉ ਖੱਲਾ ਰੱਬ ਦਾ ਡਰ ਰੱਖਣਾ ਆ ਤੇ ਅਗਨ ਕਾ ਦੀ ਅਗ ਕਾ ਦੀ ਬਾਲਣੀ ਆ ਤਾਪ ਦੀ ਤਾਪਤਾਉ ਭਾਵ ਤਪੱਸਿਆ ਕਾਰਨਾਮ ਦੀ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਸੋ ਇਦਾਂ ਆਪਣੇ ਭਾਂਡਾ ਕਾਦਾ ਕਰਨਾ ਭਾਉ ਦਾ ਪ੍ਰੇਮ ਦਾ ਪ੍ਰੇਮਾ ਭਗਤੀ ਕਰਨੀ ਆ ਤੇ ਉਹਦੇ ਵਿੱਚ ਰੱਬ ਦੇ ਨਾਮ ਦਾ ਜਿਹੜਾ ਰਾਸਿਆ ਉਹ ਚੋੜਿਆ ਸਬਦ ਸੱਚੀ ਟਕਸਾਲ ਇਸ ਤਰ੍ਹਾਂ ਆਪਣੇ ਆਪ ਨੂੰ ਢਾਲਣਾ ਆ ਜਿਵੇਂ ਟਕਸਾਲ ਦੇ ਵਿੱਚ ਸਿੱਕੇ ਕਢੇ ਜਾਂਦੇ ਆ ਤੇ ਜਿਨ ਕੋ ਨਦਰ ਕਰਮ ਤਨਕਾਰ ਜਿਹੜੇ ਇਦਾਂ ਕਰਦੇ ਉਹਨਾਂ ਨੂੰ ਹੁੰਦਾ ਕੀ ਉਹਨਾਂ ਨੂੰ ਨਦਰ ਹੋ ਜਾਂਦੀ ਆ ਤੇ ਕਰਮ ਤਨਕਾਰ ਉਹਨਾਂ ਦਾ ਨਿਤ ਦਾ ਕਰਮ ਬਣ ਜਾਂਦਾ ਹੈ ਭਗਤੀ ਕਰਨੀ ਨਾਨਕ ਨਦਰੀ ਨਦਰ నిਹਾਲ ਤੇ ਉਹ ਸਦਾ ਵਾਸਤੇ ਜਿਹੜੇ ਆ ਨਿਹਾਲ ਹੋ ਜਾਂਦੇ ਆ ਆਓ ਇੱਕ ਵਾਰੀ ਸ਼ਾਮਾ ਦਾ ਨਿਤਨੇਮ ਵੀ ਵੇਖ ਲਈਏ ਮਹਾਰਾਜ ਸਾਹਿਬ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਜ ਤਰਕ ਤੈਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਵੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਇਕ ਜਾਪ ਇਸੇ ਵਾਸਤੇ ਤੈਨੂੰ ਮਨੁੱਖਾ ਜਨਮ ਮਿਲਿਆ ਹੋਰ ਤੇਰੇ ਕੰਮ ਕੀਤੇ ਹੋਏ ਕਿਤੇ ਕੰਮ ਨਹੀਂ ਆਉਣੇ ਸ਼ਰਮ ਜਾਮ ਲਾਗ ਭਉ ਜਲਤਰਨ ਕਾ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਅੱਗੇ ਮਹਾਰਾਜ ਸਾਹਿਬ ਕਹਿੰਦੇ ਆ ਜਾਪ ਤਾਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਵੀ ਨਾਮ ਹੈ ਜਪ ਕੀਤਾ ਨਾਮ ਹੈ ਤਪ ਕੀਤਾ ਨਾਮ ਹੈ ਕੋ ਸੰਜਮ ਰੱਖਿਆ ਨਾਮ ਹੈ ਧਰਮ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹ ਨਾਨਕ ਹਮ ਨੀਚ ਕਰਮਾਂ ਇਹੋ ਜੇ ਅਸੀਂ ਨੀਚ ਆ ਸਰਨ ਪਰੇ ਕੀ ਰੱਖੋ ਸ਼ਰਮਾ ਤੇ ਮਹਾਰਾਜ ਸਾਹਿਬ ਤੇ ਦੱਸ ਰਿਹਾ ਜਿਨੇ ਜਾਪ ਨਹੀਂ ਕੀਤਾ ਤਾਪ ਨਹੀਂ ਕੀਤਾ ਸੰਜਮ ਨਹੀਂ ਰੱਖਿਆ ਧਰਮ ਨਹੀਂ ਕਮਾਇਆ ਉਹ ਨੀਚ ਹੁੰਦੇ ਆ ਇੱਥੇ ਲਿਖਿਆ ਕਿ ਨਹੀਂ ਕਹ ਨਾਨਕ ਹਮ ਨੀਚ ਕਰਮਾਂ ਇਹੋ ਜੇ ਸਾਡੇ ਨੀਚ ਕਰਮ ਆ ਸਰਨ ਪਰੇ ਕੀ ਰਾਖੋ ਸ਼ਰਮਾ ਫਿਰ ਵੀ ਮਹਾਰਾਜ ਤੇਰੇ ਅੱਗੇ ਅਰਦਾਸ ਆ ਸਾਨੂੰ ਰੱਖ ਲੈ ਹਾਂਜੀ ਤੇ ਇਹ ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਆ ਇਹਨਾਂ ਨੂੰ ਤੇ ਸਵੇਰ ਸ਼ਾਮ ਦੇ ਨਿਤਨੇਮ ਦਾ ਨਹੀਂ ਗਿਆਨ ਹੋ ਕੀ ਉਪਦੇਸ਼ ਦੇ ਰਿਹਾ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਵੀ ਸ਼ਾਇਦ ਇਹਨਾਂ ਨੇ ਕੋਈ ਗੁਰੂ ਗ੍ਰੰਥ ਸਾਹਿਬ ਵੱਖਰਾ ਬਣਾਇਆ ਲੱਗਦਾ ਤੇ ਇਦਾਂ ਹੀ ਆ ਹੁਣ ਤੁਸੀਂ ਤੁਹਾਡੇ ਸਾਹਮਣੇ ਸਾਰੀ ਵਿਚਾਰਿਆ ਦੁੱਧ ਦਾ ਦੁੱਧ ਆ ਪਾਣੀ ਦਾ ਪਾਣੀ ਆ ਤੁਸੀਂ ਆਪ ਸੋਚੋ ਵੀ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਕੀ ਉਪਦੇਸ਼ ਦੇ ਰਹੇ ਆ ਤੇ ਇਹ ਤੁਹਾਨੂੰ ਕੀ ਕਹਿ ਰਹੇ ਆ ਇੱਕ ਇੱਕ ਅੱਧੀ ਅੱਧੀ ਪੰਕਤੀ ਵਰਤ ਕੇ ਸੋ ਗੁਰੂ ਪਿਆਰਿਓ ਇਹੋ ਜਿਹੇ ਜਿਹੜੇ ਪ੍ਰਚਾਰਕ ਆ ਤੁਹਾਨੂੰ ਨਾਮ ਭਗਤੀ ਤੋਂ ਦੂਰ ਲੈ ਜਾਣਾ ਚਾਹੁੰਦੇ ਇਹਨਾਂ ਤੋਂ ਦੂਰ ਹੀ ਰਹੋ ਇਹਨਾਂ ਦੇ ਜਾਲ 'ਚ ਨਾ ਫਸੋ ਬਾਕੀ ਇਤਿਹਾਸ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲ ਕੇ ਵਿਚਾਰ ਕਰਾਂਗੇ ਜਿਹੜਾ ਕਹਿੰਦੇ ਜੀ ਇਤਿਹਾਸ ਇਦਾਂ ਕਹਿੰਦਾ ਉੱਥੇ ਆ ਲਿਖਿਆ ਉੱਥੇ ਆ ਡੇਟਾ ਲਿਖਿਆ ਉਹਦੇ ਬਾਰੇ ਵੀ ਖੁੱਲ ਕੇ ਇਦਾਂ ਚੰਗੀ ਤਰ੍ਹਾਂ ਦੱਸਾਂਗੇ ਬੋਲਦਿਆਂ ਤੋਂ ਕੋਈ ਗਲਤੀ ਭੁੱਲ ਚੁੱਕ ਹੋਈ ਹੋਵੇ ਤੇ ਖਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ